ਮੈਂ ਲੋਕਾਂ ਤੋਂ ਦੋ ਦਿਨ ਦੂਰ ਰਹਿ ਲਾਂ, ਮੈਨੂੰ ਨਾ ਚਿੱਤ ਨੂੰ ਘਬਰਾਹਟੀ ਹੋਣ ਲੱਗ ਜਾਂਦੀ ਹੈ, ਕਿਉਂਕਿ ਮੈਂ ਲੋਕਾਂ ਦਾ ਬੰਦਾ, ਮੈਂ ਲੋਕਾਂ ਚੋਂ ਉੱਠਿਆ, ਮੈਂ ਬੋਰ ਵਾਲੇ ਟੋਇਆਂ ਚੋਂ ਨਿਕਲਿਆ ਹੋਇਆ, ਮੈਂ ਪਿੰਡਾਂ ਚੋਂ ਨਿਕਲਿਆ ਹੋਇਆ, ਮੈਂ ਆਸ਼ਰ ਟਰੈਕਟਰਾਂ ਤੋਂ ਨਿਕਲਿਆ ਹੋਇਆ, ਮੈਂ ਇੱਕ ਬਲਦ ਵਾਲੇ ਰੇੜਿਆਂ ਚੋਂ ਨਿਕਲਿਆ ਹੋਇਆ। ਇਹਨਾਂ ਨੂੰ ਕੀ ਪਤਾ ਯਾਰ ਗਰੀਬੀ ਕੀ ਹੁੰਦੀ ਹੈ? ਇਹ ਤਾਂ ਸੋਨੇ ਦੇ ਚਮਚੇ ਲੈ ਕੇ ਮੂੰਹ ਚ ਜੰਮੇ ਨੇ, ਇਹਨਾਂ ਨੂੰ ਕੀ ਪਤਾ ਹੈ ਕਿ ਗਰੀਬੀ ਕੀ ਹੁੰਦੀ ਹੈ? ਮੈਨੂੰ ਪਤਾ ਹੈ, ਤੁਸੀਂ ਮੈਨੂੰ ਬਸ ਇੱਕ ਮੈਂ ਤੁਹਾਡੇ ਕੋਲ ਬਠਿੰਡੇ ਵਾਲਿਓ ਇੱਕ ਚੀਜ਼ ਮੰਗਣ ਆਇਆ, ਇਹਨਾਂ ਦੇ ਟੱਬਰ ਚ ਇੱਕੋ ਹੀ ਰਹਿ ਗਈ ਜਿਹੜੀ ਹਾਰੀ, ਬਸ ਉਹ ਕੰਮ ਕਰ ਦੋ, ਫਿਰ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਇਹ। ਜੋ ਸਾਲੇ ਜੀਜੇ ਪੁੱਤ ਭਤੀਜੇ ਇਕੱਠੇ ਹੋਇਆ ਕਰਨਗੇ, ਉਹ ਕਹਿਣਗੇ ਤੂੰ ਹਾਰ ਗਿਆ, ਉਹ ਕਹਿੰਦੇ ਤੂੰ ਕਿਹੜਾ ਜਿੱਤ ਗਿਆ। ਦੋ ਲੱਖ ਤੇ ਬੀਬਾ ਜੀ, 2 ਲੱਖ ਤੇ ਬਟਾ ਲੈ ਜਿੰਨੀਆਂ ਚੁੰਨੀਆਂ ਬਟਾਉਣੀਆਂ ਬੀਬਾ, ਸਾਨੂੰ ਬੁੱਧੂ ਬਣਾਈ ਗਏ ਤੁਸੀਂ, ਸਾਡੇ ਪਿੰਡਾਂ ਸਾਡੀਆਂ ਮਾਵਾਂ ਨਾਲ ਭੈਣਾਂ ਨਾਲ ਚੁੰਨੀਆਂ ਬਟਾਈ ਗਈ ਤੇ ਚੁੰਨੀਆਂ ਦੀ ਡਿੱਗੀ ਭਰ ਕੇ ਰੱਖਦੀ ਸੀ ਵੀ ਹੋਰ ਲੈ ਲਓ, ਇਹ ਕਿਹੜਾ ਉਹ ਚੁੰਨੀਆਂ ਤਾਂ ਤੂੰ ਲੈਂਦੀ ਹੋਈ ਨੀ ਜਿਹੜੀਆਂ ਬਿਠਾ ਕੇ ਲਿਆਉਣੀ ਹੈ, ਉਹ ਸਾਡੀਆਂ ਮਾਵਾਂ ਭੈਣਾਂ। ਸੋ ਵੀਰੋ ਇਕੱਠੇ ਹੋ ਜਾਓ, ਮੈਂ ਤੁਹਾਡੇ ਨਾਲ 4 ਜੂਨ ਨੂੰ 13 ਜੀਰੋ ਕਰ ਦੋ। ਆ ਇੱਕ ਮੁੰਡਾ ਇੱਥੇ ਫੱਟਾ ਵੀ ਲਈ ਫਿਰਦਾ 13 ਜੀਰੋ ਦਾ, ਉਹ ਸੀ 13 ਜੀਰੋ ਕਰ ਦੋ। ਉਹ ਤੋਂ ਬਾਅਦ ਆ ਸਰਕਾਰ ਦੇ ਜਿਹੜੇ 3 ਸਾਲ ਨੇ, ਜੇ ਸੋਨੇ ਦੀ ਚਿੜੀ ਪੰਜਾਬ ਨਾ ਦੁਬਾਰੇ ਬਣਾਇਆ, ਮੈਨੂੰ ਨੀਵੇਂ ਥਾਂ ਬਿਠਾ ਲਿਓ। ਪਰਮਾਤਮਾ ਨੇ ਡਿਊਟੀ ਲਾਈ ਆ, ਜਾਂ ਆਮ ਲੋਕਾਂ ਚ ਜਾ ਕੇ ਘਰਾਂ ਦੇ ਚੁੱਲੇ ਜਿਹੜੇ ਬੁਝ ਗਈ ਅੱਗ, ਉਹਨਾਂ ਦੀ ਅੱਗ ਜਗਾ, ਜਾ ਕੇ 43,000 ਨੌਕਰੀਆਂ ਦੇ ਦਿੱਤੀਆਂ ਵੀਰੋ, ਥਰਮਲ ਪਲਾਂਟ ਖਰੀਦ, ਆਹ ਥਰਮਲ ਪਲਾਂਟ ਤੁਹਾਡੇ ਵਾਲਾ ਬੰਦ ਕਰਤਾ, ਚਲੋ ਕੋਈ ਨੀ ਇਹਨਾਂ ਨੇ ਬੰਦ ਕਰਤਾ, ਅਸੀਂ ਨਵਾਂ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਵਾਲਾ ਖਰੀਦ ਲਿਆ। ਇੱਥੇ ਆਹ ਜਿਹੜਾ ਥਰਮਲ ਪਲਾਂਟ ਹੈ, ਇਹ 1200 ਏਕੜ ਜਗ੍ਹਾ ਵੀਰੋ, ਤੁਹਾਨੂੰ ਐਸੀ ਸ਼ਾਨਦਾਰ ਚੀਜ਼ ਬਣਾ ਕੇ ਦੇਵਾਂਗੇ, ਲੋਕ ਬਠਿੰਡੇ ਆ ਕੇ ਫੋਟੋ ਖਿਚਾਇਆ ਕਰਨਗੇ। ਬੜਾ ਗੁੱਸਾ ਮੇਰੇ ਦਿਲ ਚ ਇਹਨਾਂ ਪ੍ਰਤੀ, ਪਹਾੜਾਂ ਦੇ ਵਿੱਚ ਮਹਿਲ ਬਣਾਈ ਬੈਠੇ ਹੋਏ ਤੁਹਾਡੇ ਖੂਨ ਨਾਲ, ਉਹ ਇੱਟਾਂ ਜਿਹੜੀਆਂ ਲੱਗੀਆਂ ਨੇ ਉਹ ਤੁਹਾਡਾ ਮਾਸ ਹੈ, ਤੇ ਜਿਹੜਾ ਸਿਮੈਂਟ ਲੱਗਿਆ ਉਹ ਤੁਹਾਡਾ ਖੂਨ ਹੈ, ਆਮ ਲੋਕਾਂ ਦੇ ਖੂਨ ਨਾਲ ਮਹਿਲ ਸਾਰੇ ਨੇ। ਬਸ ਉਹਦਾ ਮੈਂ ਕਾਗਜ਼ ਉਹਦੇ ਭਾਲ ਲਏ, ਹਰੇਕ ਕਮਰੇ ਦੇ ਪਿੱਛੇ ਪੂਲ ਹੈ, ਹਰੇਕ ਕਮਰੇ ਦਾ ਅਲੱਗ ਪੂਲ ਹੈ, ਸਵਿਮਿੰਗ 7 ਲੱਖ ਰੁਪਇਆ ਇੱਕ ਰਾਤ ਦਾ ਕਿਰਾਇਆ ਹੈ, 7 ਲੱਖ ਰੁਪਇਆ ਇੱਕ ਬੰਦੇ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ 7 ਲੱਖ ਕਮਾਉਂਦੇ ਦੀ, ਆਪਾਂ ਇਕੱਠੇ 20,000 ਰੁਪਇਆ ਨਹੀਂ ਦੇਖਿਆ ਗਰੀਬਾਂ ਨੇ, ਤੇ ਇਹਨਾਂ ਨੇ ਸਾਡੇ ਪੈਸੇ ਲੁੱਟ ਕੇ ਬਣਾ ਲਿਆ ਸੁੱਖ ਵਿਲਾਸ, ਹੁਣ ਕਾਗਜ਼ ਥਿਆ ਗਏ ਉਹਦੇ, ਬਿਜਲੀਆਂ ਬੁਜਲੀਆਂ ਮਾਫ਼ ਕਰਾ ਰੱਖੀਆਂ ਸਾਰੀਆਂ ਹੀ,
ਹੁਣ ਕਾਗਜ਼ ਇੱਥੇ ਆ ਗਏ ਸਤੌਜ ਵਾਲੇ ਨੂੰ, ਹੁਣ ਤੁਸੀਂ ਦੇਖਿਓ ਉੱਥੇ ਆਪਾਂ ਸਕੂਲ ਬਣਾ ਦੇਣਾ। ਔਰ ਸਕੂਲ ਦਾ ਨਾਰਾ ਵੀ ਬਹੁਤ ਵਧੀਆ ਸੋਚ ਲਿਆ, ਆਪਾਂ ਉਹ ਸਕੂਲ ਦੀ ਪ੍ਰਮੋਸ਼ਨ ਕਰਾਂਗੇ, ਉਹ ਸਕੂਲ ਦੀ ਐਡ ਕਰਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰ ਕਮਰੇ ਦੇ ਪਿੱਛੇ ਪੂਲ। ਜੇਸੀਬੀ ਦਾ ਕਲੱਚ ਛੱਡ ਕੇ ਉਦਘਾਟਨ ਕਰੂੰ, ਦੇਖਿਆ ਜਾਓ ਤੁਸੀਂ। ਇਹਨਾਂ ਨੇ ਸਮਝਿਆ ਕੀ ਹੈ, ਪੰਜਾਬ ਨੂੰ ਆਪਦੀ ਪ੍ਰੋਪਰਟੀ ਸਮਝ ਲਿਆ। ਇਹਨਾਂ ਦੇ ਬਾਪ ਦੀ ਜ਼ਗੀਰ ਹੈ, ਲੈ ਜਾਣਗੇ ਨਾਲ। ਸਾਨੂੰ ਮਲੰਗ ਦੱਸਦੇ ਆ ਇਹ, ਤੇ ਆਮ ਆਦਮੀ ਪਾਰਟੀ ਵਾਲੇ ਤਾਂ ਮਲੰਗ ਨੇ। ਹਾਂ ਭਾਈ ਮਲੰਗ ਆ ਉਹ, ਭਾਈ ਤੁਸੀਂ ਰਜਵਾੜੇ ਬਣ ਕੇ ਲੁੱਟ ਕੇ ਅਸੀਂ ਤਾਂ ਮਲੰਗ ਹੀ ਰਹਿਣਾ ਸੀ ਫਿਰ। ਪਰ ਜਦੋਂ ਮਲੰਗ ਕਿਤੇ ਇੱਕ ਜਗ੍ਹਾ 'ਤੇ ਇਕੱਠੇ ਹੋ ਕੇ ਕੋਈ ਫੈਸਲਾ ਲੈ ਲੈਣ, ਫਿਰ ਮਿੱਤਰਾ ਤੇਰੇ ਵਰਗੇ ਰਜਵਾੜੇ ਵੀ ਬਚਦੇ ਨਹੀਂ ਹੁੰਦੇ। ਸੋ ਬਠਿੰਡੇ ਪਹਿਲਾਂ ਸ਼ਹਿਰ ਤੁਸੀਂ ਝਾੜੂ ਚਲਾਇਆ, ਇਸ ਵਾਰ ਲੋਕ ਸਭਾ ਝਾੜੂ ਚਲਾ ਦੋ। 9 ਦੇ 9 MLA ਆਪਣੇ ਨੇ। ਮੇਰੇ ਵੀਰੋ ਮੈਨੂੰ ਪੱਤਰਕਾਰ ਕਹਿੰਦੇ ਆਪਨੇ ਲੁਧਿਆਣਾ ਆਪਣਾ ਪੰਜਾਬ ਮੇਂ ਔਰ ਦਿੱਲੀ ਮੇਂ ਯੇ ਬੀਜੇਪੀ ਕੀ ਆਂਧੀ ਕੋ ਕੈਸੇ ਰੋਕਾ। ਮੈਂ ਕਿਹਾ ਇਹ 'ਚ ਕਿਹੜੀ ਵੱਡੀ ਗੱਲ ਆਈ। ਮੈਂ ਕਿਹਾ ਕਹਿੰਦੇ ਬਤਾਈਏ ਕੈਸੇ ਰੋਕਾ ਦਿੱਲੀ ਔਰ ਪੰਜਾਬ ਮੇਂ ਬੀਜੇਪੀ ਜੀਤ ਨਹੀਂ ਪਾਈ। ਮੈਂ ਕਿਹਾ ਕੋਈ ਖਾਸ ਵੱਡੀ ਗੱਲ ਨਹੀਂ। ਮੈਂ ਬੀਜੇਪੀ ਦਾ ਚੋਣ ਨਿਸ਼ਾਨ ਕੀ ਹੈ? ਕਹਿੰਦੇ ਜੀ ਕਮਲ ਦਾ ਫੁੱਲ ਹੈ। ਮੈਂ ਕਿਹਾ ਸਾਡਾ ਚੋਣ ਨਿਸ਼ਾਨ ਕੀ ਹੈ? ਕਹਿੰਦੇ ਝਾੜੂ ਹੈ ਜੀ। ਮੈਂ ਕਿਹਾ ਜੀ ਕਮਲ ਦਾ ਫੁੱਲ ਕਿੱਥੇ ਉੱਗਦਾ? ਕਹਿੰਦੇ ਚਿੱਕੜ 'ਚ। ਮੈਂ ਕਿਹਾ ਝਾੜੂ ਕੀ ਕੰਮ ਕਰਦਾ? ਕਹਿੰਦੇ ਚਿੱਕੜ ਦੀ ਸਫਾਈ। ਮੈਂ ਕਿਹਾ ਜੀ ਝਾੜੂ ਨਾਲ ਚਿੱਕੜ ਦੀ ਸਫਾਈ ਕਰਤੀ, ਦਿੱਲੀ ਤੇ ਪੰਜਾਬ 'ਚ ਕਮਲ ਉੱਗੇ ਹੀ ਨਹੀਂ। ਸੋ ਵੀਰੋ ਉਹ ਝਾੜੂ ਫੇਰਨਾ, ਇਹਨਾਂ ਨੂੰ ਜ਼ਿੰਦਗੀ ਭਰ ਯਾਦ ਰਹੇ। ਇਹ ਕੱਲ੍ਹ ਰੋਣ ਲੱਗੀ ਹੋਈ ਸੀ ਕਿਤੇ ਪ੍ਰੋਗਰਾਮ ਜੇ 'ਤੇ ਰੋਣ ਲੱਗੀ ਹੋਈ ਸੀ। ਬੜੇ ਖੇਖਣ ਆਉਂਦੇ ਆ, ਬੜੇ ਖੇਖਣ ਰੋਈ ਜਾਂਦੀ ਸੀ। ਆ ਗਿਆ ਰੋਣਾ, ਆ ਗਿਆ। ਹਜੇ ਤਾਂ ਬੀਬਾ ਥੋੜਾ ਜਿਹਾ ਸਬਰ ਕਰ ਤੂੰ। 4 ਜੂਨ ਨੂੰ ਦੇਖੀ, ਸਾਰਾ ਟੱਬਰ ਮੇਰੀ ਫੋਟੋ ਦੇਖ ਕੇ ਰੋਇਆ ਕਰਾਂਗਾ। ਮੇਰੀ ਕੋਈ ਕਾਤ ਨੀ ਇਹਨਾਂ ਨੂੰ ਰਵਾਉਣ ਦੀ, ਇਹ ਸਾਰਾ ਤੁਹਾਡੇ ਸਿਰ ਤੇ ਹੋ ਰਿਹਾ ਵੀਰੋ, ਤੁਹਾਡੇ ਸਿਰ ਤੇ ਹੋ ਰਿਹਾ। ਮੇਰੀ ਥਕਾਵਟ ਉਦੋਂ ਲੈ ਜਾਂਦੀ ਹੈ ਜਦੋਂ ਤੁਸੀਂ ਮੇਰਾ ਸਾਥ ਦੇ ਦਿੰਦੇ ਹੋ। ਵੀਰੋ 1 ਰੁਪਈਏ ਦਾ ਇਲਜ਼ਾਮ ਲਾ ਦਿਓ, 2.5 ਸਾਲ ਹੋ ਗਏ, ਇਮਾਨਦਾਰੀ ਮੇਰੀ ਤੇ ਲਾ ਦਿਓ 1 ਰੁਪਈਏ ਦਾ ਇਲਜ਼ਾਮ ਕਿ 1 ਰੁਪਈਆ ਮੁੱਖ ਮੰਤਰੀ। ਪਰ ਇਹ ਇਮਾਨਦਾਰੀ ਮੈਂ ਤਾਂ ਰੱਖ ਸਕਦਾ ਜਦੋਂ ਤੁਸੀਂ ਮੇਰਾ ਸਾਥ ਦੇ ਦਿੰਦੇ ਹੋ। ਫਿਰ ਮੈਨੂੰ ਐਂ ਲੱਗਦਾ ਕਿ ਰੁਪਈਏ ਛੋਟੇ ਨੇ, ਲੋਕ ਵੱਡੇ ਨੇ, ਜੇ ਲੋਕ ਨਾਲ ਨੇ ਫਿਰ ਮਾਇਆ ਕੁਛ ਨਹੀਂ ਹੈਗੀ, ਮਾਇਆ ਨਹੀਂ ਹੈਗੀ ਕੁਛ। ਬਠਿੰਡੇ ਜਿੰਨੀ ਵਾਰੀ ਬੁਲਾਓਗੇ ਉਨੀ ਵਾਰੀ ਆਊ। ਆ ਬਠਿੰਡੇ ਵਾਲਾ ਕੰਡਾ ਜਾ ਰੜਕੀ ਜਾਂਦਾ, ਬਸ ਕੱਢ ਦਿਓ ਐਤਕੀ। ਕਰਤਾ ਫਿਰ ਦੋਨੇ ਹੱਥ ਉੱਪਰ ਚੱਕ ਕੇ 2 ਨਾਰੇ ਲਾ ਕੇ ਦੱਸੋ ਨਾਲ ਹੀ ਹੈ ਬਾਦਲ ਪਿੰਡ, ਨਾਲ ਹੀ ਹੈ ਉੱਥੇ ਤੱਕ ਤਾਂ ਸੁਣੇ ਵੀ ਹੋ ਗਿਆ ਕੰਮ। ਇਨਕਲਾਬ ਸੋਨੀਆ ਸਾਹਿਬ ਧੰਨਵਾਦ ਵੀ ਕਰਨਗੇ, ਸਵਾਗਤ ਵੀ ਕਰਨਗੇ, ਵਿਚਾਰ ਕਰਨਗੇ।
ਬਠਿੰਡਾ ਵਾਸੀਓ ਤੁਹਾਡਾ ਬਹੁਤ ਬਹੁਤ ਧੰਨਵਾਦ। ਜਦੋਂ ਤੁਸੀਂ ਕਿ ਇਸ ਵੇਲੇ ਤੱਕ ਪੰਜਾਬ ਦੇ ਮਹਾਨ ਸਬੂਤ ਆਪਣੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਹੋਰਾਂ ਦਾ ਬਹੁਤ ਵੱਡਾ ਸਵਾਗਤ ਕੀਤਾ ਹੈ ਔਰ ਉਹਨਾਂ ਨੇ ਤੁਹਾਨੂੰ ਬੇਨਤੀ ਕੀਤੀ ਹੈ ਕਿ ਜਿਹੜੀ ਆਉਣ ਵਾਲੀ 4 ਤਰੀਕ ਹੈ ਤੁਸੀਂ ਸਾਰੇ ਭੈਣ ਭਰਾਵਾਂ ਨੇ ਪੂਰਾ ਜ਼ੋਰ ਲਾ ਕੇ ਇੱਕੋ ਉੜਿੱਕਾ ਰਹਿ ਗਿਆ ਜਿਹੜਾ ਘਰ ਵਿੱਚ ਲਾਂਭਾ ਇੱਕ ਦੂਜੇ ਨੂੰ ਦਿੰਦੇ ਹੈ ਜਿਵੇਂ ਉਹਨਾਂ ਨੇ ਕਿਹਾ ਵੀ ਉਹ ਪੂਰਾ ਕਰ ਦਿਓਗੇ। ਤੁਹਾਡਾ ਹੁੰਗਾਰਾ, ਤੁਹਾਡਾ ਹਲਾਰਾ, ਤੁਹਾਡਾ ਜੋਸ਼, ਤੁਹਾਡਾ ਢਾਰਸ ਸਾਰਿਆਂ ਦਾ ਰਲ ਮਿਲ ਕੇ ਇਹ ਬਹੁਤ ਵੱਡਾ ਜਿਹੜਾ ਸੁਨੇਹਾ ਜਾਂਦਾ ਪੰਜਾਬ ਵਿੱਚ ਕਿ ਜਿਹਨੂੰ ਹੌਟ ਸੀਟ ਕਿਹਾ ਜਾਂਦਾ ਉੱਥੇ ਵੀ ਤੁਸੀਂ ਲੋਕਾਂ ਨੇ ਉਹ ਜਿਹੜੇ ਸਾਲਾਂ ਬੱਧੀ ਕਬਜ਼ਾ ਕਰੀ ਬੈਠੇ ਸੀ ਉਹ ਕਬਜ਼ਾ ਤੋੜਨ ਦਾ ਪੱਕਾ ਇਰਾਦਾ ਬਣਾ ਲਿਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। 4 ਜੂਨ ਨੂੰ ਝਾੜੂ ਫੇਰ ਦਿਓ ਵੀਰੋ ਮੁੱਖ ਮੰਤਰੀ ਸਾਹਿਬ ਦਾ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਪਹਿਲੀ ਵਾਰ ਸਰਕਾਰ ਵੱਲੋਂ ਇਨਸਾਫ, ਚਾਹੇ ਨੌਕਰੀਆਂ, ਚਾਹੇ ਬਿਜਲੀ ਦੇਣੀ ਹਰ ਘਰ ਨੂੰ, ਕੋਈ ਸ਼ਹਿਰ ਨਹੀਂ, ਕੋਈ ਪਿੰਡ ਨਹੀਂ, ਇਸੇ ਤਰ੍ਹਾਂ ਟੋਲ ਪਲਾਜ਼ਿਆਂ ਨੂੰ ਬੰਦ ਕਰਨਾ ਔਰ ਜਿੱਥੇ ਕਿਸਾਨਾਂ ਨੂੰ ਨਹਿਰਾਂ ਦਾ ਪਾਣੀ ਪਹੁੰਚਾਉਣ ਦੇ ਯਤਨ, ਉੱਥੇ ਵਪਾਰੀਆਂ ਦਾ ਵੀ ਖਿਆਲ ਰੱਖਣਾ, ਹਰ ਇੱਕ ਵਰਗ ਦਾ ਪੂਰਾ ਖਿਆਲ ਰੱਖ ਕੇ ਪੰਜਾਬ ਦਾ ਸਬੂਤ ਲੋਕਾਂ ਦੀ ਸੇਵਾ ਕਰ ਰਿਹਾ। ਤੁਹਾਡਾ ਸਾਰਿਆਂ ਦਾ ਸਹਾਰਾ ਤੇ ਸਹਿਯੋਗ ਮੰਗ ਰਿਹਾ, ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।